ਸਾਲ 2023 ਕੈਨੇਡਾ ਸਟੱਡੀ ਵੀਜ਼ਾ ਦੇ ਵਿੱਚ ਬਹੁਤ ਭਾਰੀ ਬਦਲਾਅ ਹੋਏ, ਜਿਹਦੇ ਵਿੱਚੋਂ ਸਭ ਤੋਂ ਵੱਡਾ ਬਦਲਾਅ ਕੋਸਟ ਆਫ ਲਿਵਿੰਗ ਨੂੰ ਲੈ ਕੇ ਆ। 31 ਦਸੰਬਰ 2023 ਤੱਕ ਜੋ ਸਟੂਡੈਂਟ ਆਪਣੀ ਸਟੱਡੀ ਵੀਜ਼ਾ ਐਪਲੀਕੇਸ਼ਨ ਸਬਮਿਟ ਕਰ ਪਾਏ ਸਿਰਫ ਉਹ ਹੀ $10,000 GIC ਲਈ ਐਲੀਜੀਬਲ ਹੋਣਗੇ। 1 ਜਨਵਰੀ ਤੋਂ ਜੋ ਸਟੂਡੈਂਟ ਆਪਣੀ ਐਪਲੀਕੇਸ਼ਨ ਸਬਮਿਟ ਕਰਨਗੇ GIC ਦੇ ਰੂਪ ਵਿੱਚ $20,635 ਉਹਨਾਂ ਨੂੰ ਸ਼ੋਅ ਕਰਨਾ ਪਊਗਾ। ਸੋ ਇਹੀ ਰੀਜਨ ਸੀ, ਬਹੁਤ ਸਾਰੇ ਸਟੂਡੈਂਟ ਨੇ ਟਰਾਈ ਕੀਤਾ ਕਿ ਉਹ ਆਪਣੀ ਐਪਲੀਕੇਸ਼ਨ 31 ਦਸੰਬਰ ਤੋਂ ਪਹਿਲਾਂ ਪਹਿਲਾਂ ਸਬਮਿਟ ਕਰ ਦੇਣ। ਕਾਫੀ ਨੇ ਕੀਤੀ ਵੀ, ਬਟ ਬਹੁਤ ਸਾਰੇ ਸਟੂਡੈਂਟ ਇਦਾਂ ਦੇ ਸੀ ਜਿਨ੍ਹਾਂ ਨੇ ਆਪਣੀ ਫੀਸ ਤਾਂ ਪੇ ਕਰ ਦਿੱਤੀ, ਜਾਂ ਤਾਂ ਉਹਨਾਂ ਦਾ LOA ਨਹੀਂ ਆਇਆ ਜਾਂ ਉਹਨਾਂ ਦੀ ਆਫੀਸ਼ੀਅਲ ਫੀਸ ਰਿਸਿਪਟ ਨਹੀਂ ਆਈ। ਫਿਰ ਸਟੂਡੈਂਟ ਨੇ ਕੀ ਕੀਤਾ ਜਾਂ ਕੰਸਲਟੈਂਟ ਨੇ ਕੀ ਗਾਈਡ ਕੀਤਾ, ਉਹਨਾਂ ਨੇ ਆਪਣੀ ਐਪਲੀਕੇਸ਼ਨ ਸਿਰਫ ਆਫਰ ਲੈਟਰ ਦੇ ਨਾਲ ਸਬਮਿਟ ਕਰ ਦਿੱਤੀ ਗਈ, ਨਾਲ ਇੱਕ ਲੈਟਰ ਲਗਾ ਦਿੱਤਾ ਗਿਆ ਵੀ ਸਾਡਾ LOA ਡਿਊ ਟੂ ਕ੍ਰਿਸਮਿਸ ਨਿਊ ਈਅਰ ਹੋਲੀਡੇ ਹਾਲੇ ਤੱਕ ਇਸ਼ੂ ਨਹੀਂ ਹੋਇਆ, ਜਦੋਂ ਸਾਡਾ LOA ਆਉਂਦਾ ਅਸੀਂ ਉਸਨੂੰ ਅਪਡੇਟ ਕਰਾਂਗੇ ਐਪਲੀਕੇਸ਼ਨ ਦੇ ਵਿੱਚ। ਇਹੀ ਸੇਮ ਜਿਨ੍ਹਾਂ ਦੀ ਆਫੀਸ਼ੀਅਲ ਫੀਸ ਰਿਸਿਪਟ ਨਹੀਂ ਆਈ, ਸਿਰਫ ਵਾਇਰ ਟ੍ਰਾਂਸਫਰ ਦਾ ਪ੍ਰੂਫ ਲਗਾ ਕੇ ਉਹਨਾਂ ਨੇ ਆਪਣੀ ਐਪਲੀਕੇਸ਼ਨ ਸਬਮਿਟ ਕਰ ਦਿੱਤੀ। ਫੀਸ ਰਿਸਿਪਟ ਦੀ ਕੋਈ ਗੱਲ ਨਹੀਂ, ਬਟ ਜੋ ਸਟੂਡੈਂਟ ਜਿਨ੍ਹਾਂ ਨੇ ਬਿਨਾਂ LOA ਤੋਂ ਆਪਣੀ ਐਪਲੀਕੇਸ਼ਨ ਸਬਮਿਟ ਕੀਤੀ ਆ, ਤਾਂ ਜਿੰਨਾ ਹੋ ਸਕਦਾ ਜਲਦ ਤੋਂ ਜਲਦ ਆਪਣਾ LOA ਕਾਲਜ ਤੋਂ ਇਸ਼ੂ ਕਰਾ ਕੇ ਹਾਈ ਕਮਿਸ਼ਨ ਨੂੰ ਅਪਡੇਟ ਕਰੋ, ਕਿਉਂਕਿ LOA ਵੈਰੀਫਿਕੇਸ਼ਨ ਦਾ ਕੰਮ ਬਹੁਤ ਜ਼ੋਰਾਂ ਤੇ ਚੱਲ ਰਿਹਾ। IRCC ਸਿਰਫ 10 ਦਿਨ ਕਾਲਜ ਨੂੰ ਦੇ ਰਿਹਾ LOA ਵੈਰੀਫਾਈ ਕਰਨ ਦੇ। 10 ਦਿਨ ਤੱਕ ਅਗਰ LOA ਵੈਰੀਫਾਈ ਨਹੀਂ ਹੁੰਦਾ ਤਾਂ ਹੋ ਸਕਦਾ ਸਟੂਡੈਂਟ ਦੀ ਸਟੱਡੀ ਵੀਜ਼ਾ ਐਪਲੀਕੇਸ਼ਨ ਰਿਫਿਊਜ਼ ਹੋ ਜਾਵੇ। ਸੋ ਜਿੰਨਾ ਹੋ ਸਕਦਾ ਕਾਲਜ ਤੋਂ ਆਪਣਾ LOA ਇਸ਼ੂ ਕਰਾਓ, ਨਵਾਂ ਇੱਕ ਫਾਰਮ ਸਟੱਡੀ ਵੀਜ਼ਾ ਦਾ ਫਿਲ ਕਰੋ ਦੇ ਥਰੂ ਵੈਬ ਫਾਰਮ, ਆਪਣਾ LOA ਤੇ ਸਟੱਡੀ ਵੀਜ਼ਾ ਫਾਰਮ ਜਿਹੜਾ IRCC ਨੂੰ ਅਪਡੇਟ ਕਰੋ।